अस्सलाम वालेकुम। वालेकुम सलाम। की करना है मॉल से तुसी? हम लोग शॉपिंग करना है। नाल कौन कौन आया? मेरी खाला है, खाला के बच्चे और मदर है। अच्छा, लौड़दे हो तुसी? हां जी। सोनी कुड़ी लौड़दी है? अच्छा, बहुत घट कुड़ियां होंदी है जिहड़ियां मेरे सोनिया लगन, है ना? ते करदे की हो? मैं स्टडी कर रही हूं प्री लॉ। बनना की चाहंदे हो? वकील इंशाल्लाह। वकील? यार किड्डी सोहनी है, बोलदी भी सोहनी लग रही। सोनी कुड़ी आई ना, मेरे दिल कहते मेरे को खलोती रवे। अच्छा, जंपा लौड़दी थोड़ी? जी। चंगी गल आ। किन्ने भैन भरा तुसी? मैं और मेरी छोटी भैन है। ओ जड़ी छोटी? बिल्कुल छोटी। जी 17 इयर्स का डिफरेंस है। इतना फर्क क्यों? वो अम्मा को पता। मम्मा ने जिन्ना चुकिया जी है। पैर लगदी मम्मा लगदे नहीं थोड़े। मां भी सोनी ते ती ने ते सोनी होना ही होना। आया, चलो मेरा एक सवाल तुसी दसना वा के अपना नेशनल दरख्त कीरा ट्री कौन सा है? हिंट दे दे कोई। हरा हरा हुंदा वा दरख्त? पता नहीं। नहीं पता। अच्छा, नेशनल फ्रूट, सब्जी, इना चीजा दा पता? नहीं नहीं था, नहीं पता। वकील लाजमी बनेगी हुण? मैं यकीन है इन्हां ने वकील बनना ही बनना वा। अच्छा, कोई शेर आंदा थानू? शेर में इतना नहीं इंटरेस्ट। टिकटॉक बनांदे हो? नहीं, वो भी नहीं। की सॉरी कुड़ी हो के टिकटॉक नहीं बनांदी? साहब लाओ, टिकटॉक क्यों नहीं बनांदे? सारियां कुड़ियां नु चाह हुंदा। फैमिली में नहीं कभी मिशन नहीं है? नहीं। हां, बहुत ही फैमिली है जी जिन्होंने टिकटॉक पे पाबंदी लाई। अच्छा, ਤੁਸੀਂ ਕਿਹਦੇ ਕੇਸ ਲੜੂਗੇ? ਮੈਂ ਮੋਸਟਲੀ ਇਮੀਗ੍ਰੇਸ਼ਨ ਕੇਸਸ ਜੋ ਹੁੰਦੇ ਹਨ, ਹਮਾਰੀ ਫੈਮਿਲੀ ਮੇਂ ਮੋਸਟਲੀ ਸਾਰੇ ਲਾਇਰਸ ਹਨ, ਤੋ ਉਸੀ ਕੋ ਦੇਖ ਦੇਖ ਕੇ ਇਨਸਪੀਰੇਸ਼ਨ ਮਿਲੀ ਹੈ। ਪਰ ਇਨਸ਼ਾਅੱਲਾ ਲਾਇਰਸ ਨੇ, ਪਾਪਾ ਵੀ ਲਾਇਰ ਨੇ? ਬਾਬਾ ਵੀ ਹੈ, ਚਾਚੂ ਵੀ ਹੈ, ਤੋ ਫਾਦਰ ਕੀ ਸਾਈਡ ਸਾਰੀ ਵਕੀਲ ਹੈ। ਅੱਛਾ, ਉਹਨਾਂ ਨੇ ਜ਼ਿਆਦਾ ਕਦੀ ਤੁਸੀਂ ਪੁੱਛਿਆ ਕਿ ਸੁਲਾ ਕਰਾਈਆਂ ਤਲਾਕਾਂ ਕਰਾਈਆਂ? ਸੁਲਾ ਹੀ ਦੇਖੀ ਹੈ। ਕਿਹੜਾ ਵਕੀਲ? ਤਲਾਕਾਂ ਲਈ ਵਕੀਲ ਹੁੰਦੇ ਆ। ਅੱਛਾ, ਤਾਂ ਤੁਹਾਡੇ ਕੋਲ ਇਹੋ ਜਿਹਾ ਕੋਈ ਕੇਸ ਆ ਗਿਆ? ਹਰ ਕਿਸਮ ਦਾ ਕੇਸ ਆ ਜਾਂਦਾ? ਤੇ ਤੁਸੀਂ ਕੀ ਕੋਸ਼ਿਸ਼ ਕਰੋਗੇ ਸੁਲਾ ਹੋਵੇ ਜਾਂ ਪੱਕਾ ਹੋ ਜਾਵੇ ਤਲਾਕ? ਦੋਨੋਂ ਸਾਈਡੋਂ ਸੇ ਦੇਖਨੇ ਪੜਤੇ ਹੈ, ਤੋ ਜੋ ਜ਼ਿਆਦਾ ਰਾਈਟ ਪੇ ਹੋਤਾ ਹੈ, ਫਿਰ ਜੋ ਉਸਕਾ ਹੱਕ ਹੋਤਾ ਹੈ, ਵੋ ਉਸਕੋ ਦੇਨਾ ਹੋਤਾ ਹੈ। ਆ ਵੀ ਸਹੀ ਗੱਲ ਆ। ਬਹੁਤ ਸ਼ੁਕਰੀਆ ਜੀ, ਵਧੀਆ ਹੋ ਗਿਆ ਜੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਕੀ ਕਰਨ ਆਏ ਤੁਸੀਂ ਮਾਲ 'ਚ? ਸ਼ਾਪਿੰਗ। ਨਾਲ ਕੌਣ ਕੌਣ ਆਇਆ? ਨਹੀਂ, ਉਹ ਬੱਚੇ ਹੈ, ਬੱਚੇ ਸ਼ਾਪਿੰਗ ਕਰ ਰਹੇ ਹੈ, ਮੈਂ ਇਧਰ ਹੋਇਆ ਨੇ, ਆਪ ਕੋ ਦੇਖਾ ਤੋ ਇਧਰ ਆ ਗਿਆ ਮੈਂ। ਤੁਸੀਂ ਮੇਰਾ ਸ਼ੋਅ ਦੇਖਦੇ ਹੋ? ਜੀ। ਕੀ ਕੰਮ ਕਰਦੇ ਤੁਸੀਂ? ਮੈਂ ਲੈਸਕੋ ਮੇ ਹੂੰ। ਲੈਸਕੋ ਚ ਹੁੰਦੇ ਆ? ਆ ਲੈਸਕੋ ਵਾਲੇ ਜਿਹੜੇ ਬਿਜਲੀ ਵਾਲੇ ਹੁੰਦੇ ਆ? ਹਾਂ ਜੀ, ਲੋਰਲ ਇਲੈਕਟ੍ਰਿਕ ਸਪਲਾਈ ਕੰਪਨੀ। ਮਤਲਬ ਜਿਹੜੇ ਤੁਸੀਂ ਬਿੱਲ ਤੁਸੀਂ ਬਹੁਤੇ ਭੇਜਦੇ ਆ? ਨਹੀਂ, ਹਮਾਰਾ ਉਹ ਹੈ ਗ੍ਰਿਡ ਕੰਸਟਰਕਸ਼ਨ ਦਾ ਹੈ, ਵੈਸੇ ਹੈ ਲੈਸਕੋ ਦਾ ਹੀ ਡਿਪਾਰਟਮੈਂਟ ਹੈ। ਉਹਨਾਂ ਦਾ ਹੀ ਹੈ ਨਾ? ਜੀ ਜੀ। ਤੁਸੀਂ ਸੀਨੀਅਰ ਹੋ? ਹਾਂ ਜੀ, ਮੈਂ ਡਿਵੀਜ਼ਨਲ ਅਕਾਊਂਟ ਆਫੀਸਰ ਹੋ। ਇਹਨਾਂ ਨੂੰ ਕਹੀਓ ਬਿਜਲੀ ਵਾਲਿਆਂ ਨੂੰ ਖਾਣਾ ਖਰਾਬ, ਜਿਹਨੇ ਮੈਨੂੰ ਬਿੱਲ ਭੇਜਿਆ ਤੁਸੀਂ ਨਹੀਂ ਭੇਜਿਆ ਨਾ, ਜਿਹਨੇ ਭੇਜਿਆ ਉਹਨੂੰ ਕਹਿ ਰਹੀ ਹਾਂ ਹੁਣੇ ਮੈਨੂੰ ਇੰਨਾ ਬਿੱਲ ਭੇਜਦਾ, ਇੰਨਾ ਬਿੱਲ ਭੇਜਦਾ, ਸਿਰਫ ਇੱਕ ਨਿੱਕਾ ਜਿਹਾ ਏਸੀ ਮੇਰਾ ਚੱਲਦਾ ਵਾ। ਨਹੀਂ, ਅਦਾਰੇ ਦਾ ਕੋਈ ਕਸੂਰ ਨਹੀਂ, ਬਸ ਗੌਰਮੈਂਟ ਦਾ ਕਸੂਰ ਹੈ, ਜਿਹਨਾਂ ਨੇ ਪ੍ਰਾਈਵੇਟ ਪ੍ਰੋਜੈਕਟ ਲਗਾਏ ਆ, ਗੌਰਮੈਂਟ ਕੇ ਪ੍ਰੋਜੈਕਟ ਲਗਾਏ ਨਹੀਂ ਹੈ। ਹਾਈਡਲ ਪ੍ਰੋਜੈਕਟ ਹੋਤੇ ਤੋ ਸਸਤੀ ਬਿਜਲੀ ਪੈਦਾ ਹੋਣੀ ਥੀ, ਐਗਰੀਕਲਚਰ ਡਿਪਾਰਟਮੈਂਟ ਨੇ ਵੀ ਪ੍ਰਮੋਟ ਹੋਣਾ ਥਾ, ਤੋ ਵੋ ਉਸਕੀ ਤਰ੍ਹਾਂ ਤੋ ਵਜ੍ਹਾ ਹੀ ਨਹੀਂ ਦੀ। ਛੁੱਟੀਆਂ ਦੇ ਬਿੱਲ ਵੀ ਤੇ ਆਏ, ਉਹਨਾਂ ਬਾਰੇ ਸਸਤੀ ਸੀ, ਮੇਰੀ ਵਾਰੀ ਮਹਿੰਗੀ ਹੋ ਗਈ। ਉਹ ਚੋਰੀ ਕਰਦੇ ਹੋਣੇ ਨੇ। ਦੇਖੋ ਨਾ, ਇੰਨਾ ਬਿੱਲ ਆ ਗਿਆ, ਮੈਨੂੰ ਤੇ ਲੱਗਾ ਮੈਨੂੰ ਗੁਰਦਾ ਵੇਚਣਾ ਪੈਣਾ, ਫਿਰ ਰੱਬ ਕੀਤਾ ਬਚ ਬੁਚ ਗਿਆ ਗੁਰਦਾ ਮੇਰਾ। ਨਹੀਂ, ਅੱਗੋਂ ਨਹੀਂ ਬਚੇਗਾ ਮੇਰੇ, ਹਲ ਅੱਗੋਂ ਵੇਚਣਾ ਹੀ ਪਏਗਾ। ਮਹੀਨੇ ਵੇਚਣਾ ਹੀ ਪੈਣਾ, ਮੈਨੂੰ ਇਹੀ ਲੱਗ ਰਿਹਾ, ਕਿਉਂਕਿ ਹੋਰ ਬਿਜਲੀ ਮਹਿੰਗੀ ਹੁੰਦੀ ਜਾ ਰਹੀ ਹੈ ਨਾ, ਤੇ ਉਹਦੀ ਵਜ੍ਹਾ ਕਿ ਅੱਗੋਂ ਮਸਲਾ ਹੋਰ ਸੋਲਰ ਪੇ ਕਨਵਰਟ ਹੋ ਰਿਹਾ ਲੋਕ, ਤਾਂ ਉਸਕੀ ਵਜ੍ਹਾ ਸੇ ਸ਼ਾਇਦ ਸੋਲਰ ਦਾ ਫਾਇਦਾ ਹੈਗਾ। ਹਾਂ, ਸੋਲਰ ਦਾ ਹੀ ਸਿਸਟਮ ਹੀ ਸੋਲਰ ਦਾ, ਕਿਉਂਕਿ ਬਿਜਲੀ ਪ੍ਰਾਈਵੇਟ ਪ੍ਰੋਜੈਕਟ ਤੋਂ ਲੈ ਕੇ ਲੈਣਗੇ ਤਾਂ ਆਈਡਲ ਤੋਂ ਨਹੀਂ ਹੋਏਗੀ, ਤੇ ਪ੍ਰੋਡਿਊਸ ਕਰਨਗੇ ਤੇ ਫਿਰ ਉਹ ਪ੍ਰਾਈਵੇਟ ਵਾਲੀ ਪਤਾ ਉਹ ਐਗਰੀਮੈਂਟ ਕੀਆ ਹੋਇਆ, ਉਹਨਾਂ ਕੋ ਬਿਜਲੀ ਪੈਦਾ ਕਰੇ ਨਾ ਕਰੇ ਪੈਸੇ ਲੈਤੇ ਜਾਣਾ ਉਹਨਾਂ ਨੂੰ। ਇੱਕ ਹੋਰ ਖਬਰ ਸੁਣਨ 'ਚ ਮੇਰੇ ਆਈ, ਜਿਹੜੇ ਸੋਲਰ ਆ ਪਲੇਟਾਂ, ਇਹ ਤੋਂ ਯੂਨਿਟ ਅਗਰ ਮੀਟਰ ਲਾ ਲਈਏ, ਯੂਨਿਟ ਜਮ੍ਹਾਂ ਹੁੰਦੇ ਉਹ 'ਚ? ਜੀ ਜੀ, ਉਹ ਕੋਈ ਟੈਕਸ ਹੋਇਆ ਕਿ ਅਗਰ ਉਹ ਬਿਜਲੀ ਜਦੋਂ ਲੈਸਕੋ ਕੋ ਨੂੰ ਜਾਏਗੀ ਤਾਂ ਫਿਰ ਉਹਦੇ ਉੱਤੇ ਕੁਝ ਟੈਕਸ ਲੈਣੇ ਆ। ਅਸੀਂ ਅਗਰ ਤੁਹਾਨੂੰ ਵੇਚਦੇ ਹਾਂ ਆਪਣੇ ਯੂਨਿਟ, ਹੈ ਸੋਲਰ ਲਾ ਕੇ, ਪੈਸੇ ਮਿਲਣਗੇ? ਨਹੀਂ, ਪੈਸੇ ਮਿਲਣਗੇ, ਪਰ ਉਹ ਲੈਸਕੋ ਟੈਕਸ ਵੀ ਕੱਟੇਗਾ ਨਾ, ਉਹ ਗਵਰਨਮੈਂਟ ਨੂੰ ਜਾਣਾ ਟੈਕਸ ਲੈਸਕੋ ਨੂੰ ਥੋੜਾ ਜਿਹਾ। ਮੈਂ ਕਹਿੰਦੀ ਮੀਟਰ ਹੀ ਨਹੀਂ ਲਵਾਉਣਾ, ਜ਼ਾਇਆ ਕਰ ਦੇਣਾ ਯੂਨਿਟ, ਮੈਂ ਟੈਕਸ ਨਹੀਂ ਦੇਣਾ, ਜ਼ਾਇਆ ਕਰ ਦੇਣਾ।
वो है कि बंदा खुद ही यूज़ करे या उन्हीं सोलर पैनल लगवा ले जिन्नी अपनी कैपेसिटी की जरूरत है। ये भी सही है। चलो एक सवाल देना सर तुसी औरा जवाब तुसी दसना अपना कौमी दरख्त कीरा वा। कौमी दरख्त मुश्किल ही पूछे है। पता नहीं बाकी कौमी शहवादा दे सारे नु पता होना दरख्त ता नहीं किसी ने पता होना। नहीं पता। अच्छा कोई शेर सुनाओगे सानू? नहीं शेर भी कोई ऐसा नहीं है। पैगाम देना चाहते हो? बस ये हालात है जैसे कि बस बंदे को परेशानी उन्हीं करना अपने आप को करना चाहिए जिन हालात में भी हो उसी हालात में बंदे को अपने आप को यानी कायल कर लेना चाहिए कि जिससे जैसे वसाइल हैं उसके अंदर रह के खर्चा करना चाहिए बंदे को ताकि बेहतर ज़िंदगी गुजार सके। भी सही है। हाँ भैया इन्ना बेला आंदा बंदा दो घंटे बाद कर दे सी ये कहना चाह रहे थे मैनू। बहुत शुक्रिया जी वधिया। अस्सलाम वालेकुम। वालेकुम सलाम। की करण आए वीरे? शॉपिंग करण आए या की खरीदे या? वालदा की चप्पल खरीदनी है और दोस्तों के साथ शॉपिंग करने आए हैं। अच्छा वीरे इधर देखना है आवाम नु तो डरा जरा तो। अच्छा काम की कर दियो? काम जो जेरा मिल जाए वो कर लेते हैं। जेरा मिल जाए वो कर लेंदे हो काम? चंगी गल लोड दियो जी। लोड दा जमपल? जमपल लोड दी है गी वैसे पीछे से पेशावर दे हैं। पीछे पेशावर दे हो पठान हो जी? पठान है गया। एक परसेंट भी पठान नहीं लग रहा। तुसी ऐसी अभी ना काम से है ना इसलिए नहीं तानू लग रहा। ऐसा से मत वजी हुई है? थोड़ी मत इसकी वजह से वजी हुई है। अच्छा ऑर्डर पाया चल गया वा। आप भी पहुंच गए सही जगह थे कि मत वजी हुई है। अच्छा चलो मेरा एक सवाल देना और जवाब तुसी दसना वा पाकिस्तान दा कौमी दरख्त किरा वा? पाकिस्तान का कौमी दरख्त शायद है गया ये इसका नीम के पत्ते का ਜਿਹੜੇ ਕਰਤੋਨੇ ਲੱਗੇ ਹੁੰਦੇ ਕੌਮੀ ਆ। ਹਾਂ ਵਹੀ। ਹਾਂ ਮੈਨੂੰ ਪਤਾ ਸੀ ਕਰਤੋਨੇ ਆ ਤਾਂ ਕੀ ਇਹਨੇ ਜਾਣਾ ਮੈਂ ਉਹ ਨਹੀਂ ਹੈ ਦਰਖਤ। ਤਾਂ ਕਿਹੜਾ ਹੈਗਾ ਤੁਸੀਂ ਦੱਸ ਦਿਓ ਕਿਹੜੇ ਪ੍ਰੋਗਰਾਮ ਦੇ ਐਂਡ ਤੇ ਦੱਸਾਂਗੀ। ਤਾਂ ਤੁਸੀਂ ਗਿਫਟ ਦੋਗੀ ਕਿ ਨਹੀਂ? ਅੱਛਾ ਦਰਖਤ ਦਾ ਨਾਮ ਦੱਸ ਕੌਮੀ ਮੈਂ ਸੱਚੀ ਮੁੱਚੀ ਗਿਫਟ ਦੇਵਾਂਗੀ ਪੱਲੇ ਉਹ ਦੇਵਾਂਗੀ। ਮੈਨੇ ਕਦੇ ਜ਼ਰਾਤ ਪੜ੍ਹੀ ਨਹੀਂ ਮੈਨੇ ਸ਼ੌਕ ਨਹੀਂ ਹੈਗਾ ਜ਼ਰਾਤ ਕਾ ਕਦੇ ਦਰਖਤ ਵਗੈਰਾ ਕਾ। ਮੈਂ ਵੀ ਦਰਖਤ ਜਾ ਕੇ ਪੜ੍ਹੇ ਨਹੀਂ ਆ ਵੀਰੇ ਹੈ ਨਾ ਮੈਨੂੰ ਫਿਰ ਵੀ ਨੌਲੇਜ ਆ। ਤੁਸੀਂ ਤਾਂ ਸ਼ਕਲ ਸੀ ਪੜ੍ਹੀ ਲਿਖੀ ਲੱਗ ਰਹੀ ਹੋ ਹਮ ਕਿਧਰ ਹਮ ਤਾਂ ਮਾਰੇ। ਕਿੰਨਾ ਵਧੀਆ ਵਾ ਪਹਿਚਾਣ ਹੀ ਗਿਆ। ਅੱਛਾ ਕੋਈ ਸ਼ੇਰ ਜਾਂ ਗਾਣਾ? ਨਹੀਂ ਇਨ ਚੀਜ਼ ਕਾ ਸ਼ੌਕ ਹੀ ਨਹੀਂ ਹੈਗਾ ਨਾ ਸ਼ੇਰ ਦਾ ਨਾ ਗਾਣੇ ਕਾ। ਨਹੀਂ ਸੁਣਾਇਆ? ਨਹੀਂ ਸ਼ੇਰ ਹੈ ਇੱਕ ਸਮੁੰਦਰ ਜੈਸਾ ਰੁਤਬਾ ਰੱਖੋ ਇਹ ਛੋਟੀ ਛੋਟੀ ਨਦੀਆਂ ਖੁਦ ਆਤੀ ਹੈ ਮਿਲਨੇ। ਅਰੇ ਵਾਹ ਕਦੀ ਕਿਸੇ ਨਾਲ ਪਿਆਰ ਕੀਤਾ? नहीं कभी किसी के साथ प्यार नहीं किया। क्यों वीरे? बस शौक ही नहीं है। जब माँ बाप ने शादी कर देनी है तो की जरूरत हैगी है। बढ़िया गल है जरूरत नहीं फा लैन दी है ना माँ प्यो है ना जे बोध महसूस हो कि नहीं जी कोई होना चाहिए भांडे धो के दवे कोई रोटी पका के दवे कपड़े प्रेस करके दवे है ना जुतियां साफ करे माँ प्यो को ब्याह कर दो। हाँ जी यही गल है। आप जल्दबाजी नहीं करनी। उनकी शादी में फिर लड़ाइयां पड़ जाती है। कोट पेंदी है बकायदा कोट। बीवी उनसे बर्तन दिलवाती है। नहीं भी बुराई ना कर मरे लव मैरिज भी। तू तो लव मैरिज से नफरत करा लगा मेनू। बहुत शुक्रिया जो दिया आ गया।